ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਜਤਿੰਦਰ ਸਿੰਘ, ਵੈਲਕਮ ਕਰੋਪ ਸਾਇੰਸ ਤੋਂ। ਅੱਜ ਪਿੰਡ ਮੀਆਂਕੋਟ, ਤਹਿਸੀਲ ਕਲਾਨੌਰ, ਜ਼ਿਲ੍ਹਾ ਗੁਰਦਾਸਪੁਰ ਵਿਖੇ ਪਹੁੰਚਿਆ। ਇੱਥੇ ਸਾਡੇ ਫਾਰਮਰ ਨੇ ਸਾਧ ਸਿੰਘ ਹੁਣੀ, ਜਿਨ੍ਹਾਂ ਸਾਡੀ ਕੰਪਨੀ ਦੀ ਵਰਾਇਟੀ ਮੂਲੀ ਦੀ ਲਾਈ ਆ, ਵਾਈਟ ਲੌਂਗ। ਔਰ ਸਾਡੇ ਨਾਲ ਸੁਖਤੀ ਸਟੋਰ ਤੋਂ ਉਹਨਾਂ ਦੇ ਮਾਲਕ ਸੁਖਪਾਲ ਸਿੰਘ ਜੀ ਨਾਲ ਨੇ। ਇਹਨਾਂ ਨੇ ਸਾਡੀ ਕੰਪਨੀ ਦਾ ਬੀਜ ਜਿਹੜਾ ਇਹ ਫਾਰਮਰ ਨੂੰ ਵੇਚਿਆ ਸੀਗਾ। ਔਰ ਮੈਂ ਫਾਰਮਰ ਨੂੰ ਕਹਾਂਗਾ ਵੀ ਉਹੀ ਦੱਸਣ ਵੀ ਇਹਨਾਂ ਨੂੰ ਮੂਲੀ ਦੀ ਵਰਾਇਟੀ ਵਾਈਟ ਲੌਂਗ ਕਿਤਰਾਂ ਦੀ ਲੱਗੀ ਹੈ ਔਰ ਮੰਡੀਕਰਨ ਵਿੱਚ ਕਿਵੇਂ ਹੋ ਰਿਹਾ ਇਹਦਾ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਵਰਾਇਟੀ ਮੈਂ ਆਪਣਾ 14 ਮਈ ਨੂੰ ਬੀਜੀ ਸੀ। ਠੀਕ ਹੈ ਜੀ। ਅਤੇ ਇਹ ਮੈਂ 1 ਕਿਲੋ ਬੀਜ ਪਾਇਆ ਸੀ 2 ਕਨਾਲ ਵਿੱਚ। ਠੀਕ ਹੈ। ਅਤੇ ਬਹੁਤ ਵਧੀਆ ਰਿਜ਼ਲਟ ਰਿਹਾ, ਬਾਕੀ ਤੁਹਾਡੇ ਸਾਹਮਣੇ ਆ। ਠੀਕ ਹੈ ਜੀ। ਹੱਥ ਵਿੱਚ ਠੀਕ ਹੈ, ਲੰਬਾਈ ਪੂਰੀ ਆ, ਲੰਬਾਈ ਪੂਰੀ ਆ, ਬਾਕੀ ਸਫੇਦ ਮੂਲੀ ਆ, ਵਾਈਟ ਆ ਪੂਰੀ। ਔਰ ਮੰਡੀਕਰਨ ਵਿੱਚ ਆਰਾਮ ਨਾਲ ਆਪਣਾ 30 ਤੋਂ 40-45 ਰੁਪਏ ਜ਼ਿਆਦਾ ਜਾ ਰਹੀ ਹੈ। ਜਾ ਰਹੀ ਹੈ। ਹਾਂਜੀ ਹਾਂਜੀ। ਬਾਕੀ ਕੋਈ ਦਿੱਕਤ ਨਹੀਂ ਆਈ ਇਹਦੇ ਵਿੱਚ। ਹਾਂਜੀ। ਬਾਕੀ ਥੋੜ੍ਹੀ ਮਿਹਨਤ ਕਰਨੀ ਪੈਂਦੀ ਆ, ਮਿਹਨਤ ਕਰੋਗੇ ਤਾਂ ਸਫਲ ਹੋਗੇ, ਨਹੀਂ ਤਾਂ ਅੱਗੇ ਤੁਹਾਨੂੰ ਪਤਾ ਹੀ। ਬਿਲਕੁਲ ਜੀ, ਮਿਹਨਤ ਕਰਨੀ। ਹਾਂਜੀ ਹਾਂਜੀ। ਔਰ ਜਿਸ ਤਰ੍ਹਾਂ ਤੁਸੀਂ ਮੰਡੀ, ਤੁਸੀਂ ਕਿਹਾ ਵੀ ਮੈਂ ਤਾਂ ਪਹਿਲੀ ਵਾਰ ਸਬਜ਼ੀ ਦੀ ਖੇਤੀ ਕੀਤੀ ਆ। ਹਾਂਜੀ। ਤੁਸੀਂ ਮੰਡੀ ਲੈ ਕੇ ਗਏ ਤਾਂ ਉਹ ਜ਼ਿਮੀਂਦਾਰ ਤੁਹਾਨੂੰ ਵੇਖ ਕੇ ਮੂਲੀ ਵੇਖ ਕੇ ਕਿਵੇਂ ਉੱਥੇ ਮੰਡੀ ਦੇ ਵਿੱਚ? ਹਾਂਜੀ, ਉਹ ਬਹੁਤ ਇੰਪ੍ਰੈਸ ਹੋਏ ਜੀ। ਹਾਂਜੀ ਹਾਂਜੀ। ਉਹ ਕਹਿੰਦੇ ਵੀ ਉਹ ਸੋਚਦੇ ਪਏ ਵੀ ਇਹ ਮੂਲੀ ਮਤਲਬ ਕਿੱਦਾਂ, ਮਤਲਬ ਇੰਨੀ ਗਰਮੀ ਵਿੱਚ ਕਿੱਦਾਂ ਪੈਦਾ, ਇਹ ਵੈਰਾਈਟੀ ਕਿਤਰਾਂ ਦੀ ਆ, ਵੈਰਾਈਟੀ ਮਤਲਬ ਕਿਹੜੀ ਆ? ਟੌਪ ਦੀ ਆ। ਬਹੁਤ ਉੱਥੇ ਕਿਸਾਨਾਂ ਨੇ ਪੁੱਛਿਆ ਵੀ ਆ ਮੇਰੇ ਕੋਲ, ਫਿਰ ਮੈਂ ਦੱਸਿਆ ਵੀ ਇੱਦਾਂ ਵੈਲਕਮ ਦੀ ਇੱਦਾਂ ਦਾ ਮੂਲੀ ਮਤਲਬ ਵੈਰਾਈਟੀ ਹੈ ਤੇ 19 ਤਰੀਕ ਨੂੰ ਮੈਂ ਬੀਜੀ ਸੀ ਫਲਾਣੇ ਸਟੋਰ ਤੋਂ। ਮਤਲਬ 32-33 ਦਿਨ ਦੇ ਜਿਹੜੀ ਮੂਲੀ। ਹਾਂਜੀ ਹਾਂਜੀ, ਤਿਆਰ ਹੋ ਗਈ 35 ਦਿਨ ਦੇ ਵਿੱਚ ਪੂਰੀ। ਸੁੱਖ ਭਾਈ, ਤੁਹਾਨੂੰ ਵੀ ਪੁੱਛਦੇ ਲੋਕ ਵੀ ਮੂਲੀ ਬਾਰੇ ਕੀ ਦੱਸਦੇ ਮੂਲੀ? ਮੈਂ ਹੋਰ ਵੀ ਕਈ ਜ਼ਿਮੀਂਦਾਰਾਂ ਨੂੰ ਵੇਚੀ ਤੇ ਸਾਰਿਆਂ ਦਾ ਬਹੁਤ ਵਧੀਆ ਰਿਸਪੋਂਸ ਰਿਹਾ ਵਾ। ਹਾਂਜੀ। ਤੇ ਮੇਰੇ ਆਪਣੇ ਵੀਰ ਭਰਾ ਜੀ ਸਾਹਿਬ ਸਿੰਘ ਜੀ, ਉਹਨਾਂ ਨੇ ਤੇ ਇਹਨਾਂ ਵੀ ਐਤਕੀ ਫਸਟ ਟਾਈਮ ਬੀਜੀ ਆ ਤੇ ਬਹੁਤ ਵਧੀਆ, ਬਹੁਤ ਵਧੀਆ ਰਿਜ਼ਲਟ। ਬਹੁਤ ਵਧੀਆ ਰਿਜ਼ਲਟ। ਹਾਂਜੀ ਹਾਂਜੀ। ਔਰ ਤੁਸੀਂ ਜਿਸ ਤਰ੍ਹਾਂ ਦੱਸਿਆ ਵੀ ਤੁਸੀਂ ਮੋਟਰ ਰੋਡ ਦੇ ਉੱਤੇ ਆ, ਧੁੰਦਿਆ ਵੀ ਲੋਕ ਇੱਥੇ ਵਿਕ ਜਾਂਦੀ ਆ ਖੇਤ? ਹਾਂਜੀ ਹਾਂਜੀ, ਵਿਕ ਜਾਂਦੀ ਆ ਜੀ, ਵਿਕ ਜਾਂਦੀ ਵਾਈਟਨੈਸ ਦੇਖ ਕੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਦੂਰੋਂ ਸਫੇਦੀ ਵੇਖ ਕੇ, ਦੂਰੋਂ ਦੇਖ ਕੇ ਕਹਿੰਦੇ ਆ ਵੀ ਮਤਲਬ ਜਾਂ ਸਾਨੂੰ 2 ਕਿਲੋ ਦੇ ਦੇ, 1 ਕਿਲੋ ਦੇ ਦੇ, 1 ਕਿਲੋ ਦੇ ਦੇ। ਠੀਕ ਹੈ। ਫਿਰ ਮੈਂ ਘਰਾਂ ਵਿੱਚ ਵੀ ਵੇਚੀ ਆ ਜੀ। ਠੀਕ ਹੈ ਜੀ। ਹਾਂਜੀ, ਬਹੁਤ ਚੰਗੀ ਗੱਲ ਆ ਜ਼ਿਮੀਂਦਾਰ। ਦੇਖੋ ਅੱਜ ਦਾ ਗਾਂਹ ਵਧੂ ਕਿਸਾਨ ਨੇ, ਨਵੀਂ ਜਨਰੇਸ਼ਨ ਦੇ ਜੰਗ ਨੇ, ਔਰ ਬੜੀ ਚੰਗੀ ਗੱਲ ਆ ਵੀ ਮੰਡੀਕਰਨ ਵੀ ਆਪ ਕਰਦੇ ਪਏ ਆ। ਹਾਂਜੀ ਹਾਂਜੀ। ਬਹੁਤ ਬਹੁਤ ਧੰਨਵਾਦ ਸਾਹਿਬ ਸਿੰਘ ਜੀ, ਤੁਸੀਂ ਬੜੀ ਮਿਹਨਤ ਕੀਤੀ ਆ ਪਹਿਲੀ ਵਾਰ। ਹਾਂਜੀ, ਬਹੁਤ ਬਹੁਤ ਵਧੀਆ ਜੀ।